मेरे पिताजी फेरी का काम करते जो मैं पढ़ता ही उन्होंने मेरे लिए बहुत मेहनत की मैंने पढ़ाया लिखाया और टेंथ प्लस की मैं गौरमेंट गौरमेंट स्कूल बॉयज गुरदासपुर तो फिर मैं दो साल कैनडा काम किया मेहनत करो मेहनत से विश्वास रखो मेहनत का मिलता है मेरा नाम डॉक्टर पवन कुमार है मैं अपनी पढ़ाई शुरू की है सरकारी प्रायमरी स्कूल पिंड हल्ला तो इस बाद मैं अठवीं तक पढ़ाई की मिडिल स्कूल हल्ला तो उस तुँ बाद मैं अपना टेंथ प्लस टू की मैं गौरमेंट गोरमेंट स्कूल बॉयस गुरदासपुर तो उस तो बाद बी एस सी नॉन मेडिकल की गोरमेंट कॉलेज गुरदासपुर तो फिर एम एससी इन नैनो सैंस एंड नैनो टेक्नोलॉजी की है मैं गुरु नाग देव यूनिवर्सिटी तो फिर मैं पी एच डी की नैशनल फिजिकल लैबोरेटरी दिल्ली तो उस बाद मैं रिसर्च करने साउथ कोरिया गया यूनिवर्सिटी साउथ कोरिया एंड देन एक साल में रिसर्च कर यूनिवर्सिटी ऑफ ओकलामा यूएस फिर मैं दौ साल कैनेडा काम किया जिस इंस्टीट्यूट ऑफ साइंटिफिक रिसर्च कैनेडा काम किया क्यूबिक स्टेट उसकी यूनिवर्सिटी ऑफ विंसर एक साल हम जॉइन किया नैशनल इंडर नैशनल इंस्टीट्यूट आयरलैंड ਸਾਊਥ ਕੋਰੀਆ ਚ ਮੇਰਾ ਰਿਸਰਚ ਇਹ ਕਿ ਇੱਕ ਮਟੀਰੀਅਲ ਹੈ ਸੀਜ਼ੀਅਮ ਲੀਡ ਬਰਮਾਈਟ ਜਿਸ ਕਰਕੇ ਲੀਡ ਕਰਕੇ ਟੌਕਸਿਕ ਹੁੰਦਾ ਹੈ ਤਾਨੂੰ ਕਿਦਾਂ ਟੌਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਸੀ ਸਾਊਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਹੀ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਇਕੋ ਫ੍ਰੈਂਡਲੀ ਮਟੀਰੀਅਲ ਨੂੰ ਆਪਾ એનર્ਜੀ ਐਪਲੀਕੇਸ਼ਨਸ ਵਿੱਚ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ 'ਚ ਇਹ ਮੇਰਾ ਕੰਮ ਕੈਨੇਡਾ 'ਚ ਰਿਹਾ ਤੇ ਹੁਣ ਮੈਂ ਫਿਰ ਇਨਵਿਜ਼ੂਲਿੰਗ 'ਤੇ ਕੰ ਆਇਰਲੈਂਡ ਵਿੱਚ ਪੈਨਲ ਵਿੱਚ ਕੌਣ ਕੌਣ ਹੈਗਾ ਤੇ ਕਦੋਂ ਤੁਹਾਡੀ ਜਿਹੜੀ ਜਾਈਂਦੀ ਹੈ ਆਇਰਲੈਂਡ 0 ਪੀ ਯੂਨੀ ਦਾ ਪ੍ਰੋਜੈਕਟ ਹੈ ਜਿਸ ਵਿੱਚ ਕਾਫੀ ਕੰਟਰੀ ਹੈ ਇਟਲੀ ਹੈ ਜਰਮਨੀ ਹੈ ਆਂਗਰੀ ਹੈ ਤੇ ਇਹ ਆਇਰਲੈਂਡ ਹੈ ਚ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕੰਮ ਕਰਦੇ ਆ ਜਿਹਨਾਂ ਦਾ 7-8 ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋਏ ਵਿਜ਼ਿਬਲ ਇਨਵੀਜ਼ਿਬਲ ਹੋਏ ਨੋਰਮਲ ਲਾਈਟ ਚ ਪਰ ਵਿਜ਼ਿਬਲ ਹੋਏ ਪਾਰਟੀਕਲਰ ਯੂਵੀ ਲਾਈਟ ਚ ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਜਦੋਂ ਮੈਂ ਪੜਦਾ ਹੀ ਉਹਨਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਮੈਨੂੰ ਪੜਾਇਆ ਲਿਖਾਇਆ ਤੇ ਜਦੋਂ ਮੈਂ ਐਮਬੀਏ ਐਡਮਿਸ਼ਨ ਲਈ ਜਦੋਂ ਉਹਨਾਂ ਕੋ ਪੈਸੇ ਕਾਟੀ ਫੇ ਡਾਕਟਰ ਪੰਨੂ ਆ ਗਿਆ ਰੈੱਡ ਕਰਾਸ ਵਾਲੇ ਆ ਗਿਆ ਡਾਲਾ ਸਾਹਿਬ ਆ ਗਿਆ ਜਆ ਰਵਨ ਬੈਲ ਸਾਹਿਬ ਆ ਗਿਆ ਉਹ ਥੋੜਾ ਪ੍ਰੋਫੈਸਰ ਖੰਨਾ ਜੀ ਆ ਰਾਮ ਬਾਗ ਤੋਂ ਉਹਨਾਂ ਸਾਰਿਆਂ ਨੇ ਪੈਸੇ ਥੋੜ-ਥੋੜੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਦਿਵਾਈ ਐਮਐਸਸੀ 'ਚ ਜਿਨ੍ਹਾਂ ਕਰਕੇ ਉਹਨਾਂ ਸਾਰਿਆਂ ਨੇ ਪੈਸੇ ਕੱਟੇ ਕਿਤੇ ਬੇਸਿਕਲੀ ਡਾਕਟਰ ਪੰਨੂ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੈਂ ਸਾਰਿਆਂ ਦਾ ਧੰਨਵਾਦ ਹੈ ਇਨਾਂ ਨੇ ਮੈਨੂੰ ਐਡਮਿਸ਼ਨ ਦਿਵਾਈ ਉਸ ਤੋਂ ਬਾਅਦ ਮੈਂ ਫਿਰ ਪੀ ਐਚ ਡੀ ਚ ਮੈਨੂੰ ਸਟਾਈਫਨ ਮਿਲਣ ਲੱਗ ਪਿਆ ਫਿਰ ਮੈਂ ਪੀ ਐਚ ਡੀ ਆਪਣੇ ਖਰਚੇ ਲਈ ਖੁਦ ਕੀਤੀ ਹੈ ਤੇ ਉਹ ਤਾਂ ਮੈਂ ਸਾਊਥ ਕੋਰੀਆ ਯੂ ਐਸ ਐ ਕੈਨੇਡਾ ਸਰਚ ਕੀਤੀ ਨੌਜਵਾਨ ਅਪੀਲ ਕਰਦਾ ਕਿ ਤੇ ਮਿਹਨਤ ਕਰੋ ਮਿਹਨਤ ਤੇ ਵਿਸ਼ਵਾਸ ਰੱਖੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਔਰ ਦੂਜਾ ਕਿ ਪੜ੍ਹਾਈ ਲਿਖਾਈ ਤੇ ਧਿਆਨ ਰੱਖੋ ਪੜ੍ਹਾਈ ਬਹੁਤ ਇੰਪੋਰਟੈਂਟ ਹੈ ਸਾਰਿਆਂ ਲਈ ਤੇ ਪੜ੍ਹਾਈ ਨੂੰ ਮਿਆਂ ਦਰਨਾ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹੁੰਦੇ ਹੋ ਨਾਮਿੰਦਰਪਾਲ ਤੇ ਮੈਂ ਫੇਜ਼ਾ ਕਮ ਕਰ ਰਿਹਾ ਪਲਾਸਟਰਸ ਮੜਵਾਇਆ ਰਿਹਾ ਔਰ ਜਦੋਂ ਇਹਨਾਂ ਐਮ ਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕਿਉਂਕਿ ਇਹਨਾਂ ਫੀਸਾਂ ਰੀਵੀਜ਼ਨ ਫੀਸ ਪੰਤੀ ਆ ਰਹੀ ਮੇਰੇ ਕੋਲ ਤੇ 10000 ਰੁਪਏ ਹੋਸਟਲ ਦਾ ਔਰ ਮੇਰੇ ਕੋਲ ਪੈਸੇ ਮੈਂ ਡਾਕਟਰ ਪੰਨੋਣਾ ਮੈਸਿਸ ਨਾਲ ਗੱਲ ਕੀਤੀ ਵੀ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਾਇਦ ਵਾਰੀ ਖੂਨ ਦਾ ਦਿੱਤਾ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈ ਛੂਟੋ ਪ੍ਰਧਾਨ ਹੈ ਅਜੀ ਉਹਨਾਂ ਨੇ ਮਨੂ ਕਹ ਰਿਹਾ ਕੀ ਕਰਾਂ ਮੈਂ ਬੱਚੇ ਨੂੰ ਪੜਾਉਣਾ ਚਾਹ ਤੇ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹ ਮੈਨੂੰ ਪੈਸੇ ਦਿਓ ਫਿਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਚਿੰਤਾ ਨਾ ਕਰ ਪੜਾਵਾਗੇ ਫਿਰ ਫਰਾਸ ਖੰਨਾ ਨੇ ਬੁਲਾਇਆ ਮੈਂ ਤੇ ਬਿਟਾ ਮੇਰਾ ਗਿਆ ਫਰਾਸ ਖੰਨਾ ਕੋ ਉਹਨਾਂ ਇਹਨਾਂ ਪੁੱਛਿਆ ਕੀ ਕੀਤਾ ਤੂੰ ਉਹ ਕਹਿੰਦਾ ਮੈਂ ਸਿਨਲ ਟੱਕਰ ਟੈਸਟ ਲਈ ਕੀਤਾ ਤੇ ਯਾਰ ਮੈਂ ਨੰਬਰ ਤੇ ਟੈਸਟ ਹੀ ਕਹਿੰਦਾ ਅਸੀਂ ਕੋਟੇ ਚ ਯਾਰ ਮੈਂ ਜੇ ਕਰ ਗਿਆ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਪੈਸੇ ਦੀ ਚਿੰਤਾ ਨਹੀਂ ਕਰਨੀ ਪਾਏ ਐਂ ਦੇਾਂਗੇ ਪੜਾਉਣਾ ਨੂੰ ਅਦਰ ਮੈਂ ਜੇ ਪੜਾਣਾ ਲੱਗ ਤੂੰ ਹੀ ਮੈਂ ਛੋਟਾ ਪੜਾਉਣਾ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਨੇ ਫਰਵਾਸ ਸੁਕਨਾਨੇ ਔਰ ਕੁੰਡਲ ਸਾਹਿਬ ਤੇ ਫਰ ਮੋਲਟ ਛੋਟਾ ਪ੍ਰਧਾਨੀ ਬਰਨ ਬਾਲ ਨੇ ਔਰ ਤਰੋਤ ਸੰਫਕੀ ਜਿਹੜੇ ਹਸਤਾ ਤਿੱਤੇ ਨਹੀਂ ਰਹੇ ਉਹਨਾਂ ਵੀ ਮੇਰੀ ਮਦਦ ਕੀਤੀ ਔਰ ਇਸ ਜਿਸ ਬੰਦੇ ਕੋ ਗਿਆ ਪਰ ਬਾਲਕਸ਼ੇ ਮਤਲ ਨੇ ਜਿਹਦੇ ਕੋ ਮ ਗਿਆ ਮੈਨੂੰ ਕਿਸੇ ਨਾਲ ਨਾਲ ਕੀਤੀ ਮੇਂਦਰ ਜਿੱਤ ਨੂੰ ਅੱਧੀ ਰਤੀ ਲੋੜ ਪੰਦੀ ਦੀ ਹੁੰਦਾ ਹੁੰਦੀ ਤੇ ਫਿਰ ਉਹ ਵਜਾ ਮਾਰਦੇ ਦੌੜਾਂਦਾ ਰਿਆ ਐਦਾ ਐ ਵੀ ਤਰ੍ਹਾਂ ਮਕਰਦਾ ਹੁਣਗੇ ਚਿੰਤਾ ਨਾ ਕਰ ਪੜ ਮੈਂ ਇਹ ਚਾਹਣਾ ਚਾਹੁੰਦਾ ਕਿ ਜਿਹੜੇ ਖਾਸ ਕਰਕੇ ਮਾਸ਼ਾ ਬਰਾਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੁਣ ਰਿਹਾ ਚ ਸਾਡੀ ਬਰਾਦੀ ਦੀ ਕੋਈ ਸੁਣ ਰਿਹਾ ਉਹ ਬੱਚਿਆਂ ਨੂੰ ਪੜਾਓ ਐਵੇਂ ਪੜਾ ਕੇ ਬਣ ਸਕਦੇ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਦੀ ਚ ਵੀ ਅਗਰ ਇਹ ਪੜ੍ਹੇ ਨਹੀਂ ਪੜਾਵੋਗੇ ਨਹੀਂ ਮਾਂ ਤੇ ਉਹਦਾ ਫਰਜ਼ ਬੰਦਾ ਬੱਚੇ ਨੂੰ ਪੜਾਣਾ ਪੜਾ ਕੇ ਤੇ ਫੇਰ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਅੜੀ ਬਰਾਜੇ ਤਾਂ ਨਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਇਹ ਵੀ ਨਹੀਂ ਇੱਦਾਂ ਜਿੱਦਾਂ ਬੱਚੇ ਨੂੰ ਪੜਾਇਆ ਤੁਸੀਂ ਵੀ ਸਿੱਖੋ ਕੁਝ ਤੇ ਪੜਾਓ ਮਜ਼ਦੂਰੀ ਆ 400 ਰੁਪਏ ਦੇ ਲੈਂਦੇ ਪਾ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚੇ ਦੀ ਪੜ੍ਹਾਈ ਜ਼ਰੂਰ ਕਰਾਓ ਧੰਨਵਾਦ ਮੈਂ ਇਹ ਹੀ ਬੋਲਣਾ ਚਾਹੂੰਗੀ ਕਿ ਪੜ੍ਹਾਈ ਜ਼ਰੂਰ ਪੂਰੀ ਕਰੇ ਔਰ Uh, सिर्फ uh, डिग्री के लिए पढ़ाई मत कीजिए नॉलेज uh, लेने के लिए भी पढ़ाई कीजिए क्योंकि uh, जैसे uh, मेरा पर्सनल एक्सपीरियंस ये है कि मैंने पीएचडी की तो मुझे ये लगा कि मैं बहुत शॉर्ट टेम्पर्ड हाइपर थी बट पेशेंस लाता है पढ़ाई और बहुत ज़्यादा चीज़ें आपको सीखने को मिलती हैं लाइफ में भी इट्स नॉट अबाउट कि आप सिर्फ uh, लेसन्स uh, पढ़ रहे हो uh, आपको लाइफ लेसन्स भी बहुत ज़्यादा सीखने को मिलते हैं तो पढ़ाई पूरी करिए प्रॉपरली और माइंड में कहीं ना कहीं बना के रखिए कि आपको आगे क्या करना है तो उसके लिए बेसिकली फ़ोकस करके और कहीं ना कहीं एक मुकाम पे आना बहुत ज़रूरी है आज के टाइम पे तो बहुत ज़रूरी है ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਤੋਂ ਸਭ ਤੋਂ ਜ਼ਿਆਦਾ ਬਜ਼ੁਰਗ ਖੁਸ਼ ਹਨ ਹੁਣ ਉਹਨਾਂ ਨੂੰ ਇੱਕੋ ਕਾਲ ਨਾਲ ਛੱਤ ਹੇਠਾਂ ਲਗਭਗ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਕਿਉਂਕਿ ਇਸ ਨਾਲ ਘਰ ਬੈਠੇ ਸੇਵਾਵਾਂ ਮਿਲ ਰਹੀਆਂ ਹਨ ਉਹ ਸਰਕਾਰ ਦਾ ਇਸ ਸਕੀਮ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਨ ਇਸ ਸਕੀਮ ਦਾ ਮੈਨੂੰ ਇਹ ਲੱਗਿਆ ਕਿ ਇਨਾ ਫਾਇਦਾ ਹੈ ਕਿ ਕਿਦਰੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ ਕਿਦਰੇ ਰੁਲਣ ਦੀ ਲੋੜ ਨਹੀਂ ਹੈ ਸਾਰਾ ਦਿਨ ਆਪਣਾ ਖਰਾਬ ਕਰਨ ਦੀ ਲੋੜ ਨਹੀਂ ਹੈ ਘਰ ਬੈਠਿਆਂ ਹੀ ਸਟਾਫ ਆ ਕੇ ਉਹਨਾਂ ਨੇ ਕੰਮ ਕਰ ਦਿੱਤਾ ਹੈ ਪੰਜਾਬ ਸਰਕਾਰ ਦੀ ਇਸ ਸਕੀਮ ਨੂੰ ਅਮਲੀ ਤੌਰ ਤੇ ਲਾਗੂ ਕਰਵਾਉਣ ਲਈ ਲਗਾਤਾਰ ਚੈਕਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਹਰ ਨਾਗਰਿਕ ਕੋਲ ਜ਼ਿੰਮੇਵਾਰੀ ਨਾਲ ਸਕੀਮ ਪੁੱਜੇ ਸਰਕਾਰ ਤੁਹਾਡੇ ਦਵਾਰ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਕ ਐਪ ਦੇਵਾਂਗੇ ਉੱਤੇ ਤੁਸੀਂ ਫੋਨ ਕਰੋਗੇ ਨਾਲ ਆਪਣੀ ਜਿਹੜੀ ਉਹ ਕੰਪਿਊਟਰ ਤੇ ਉਹ ਪ੍ਰਿੰਟਿੰਗ ਮਸ਼ੀਨ ਲੈ ਕੇ ਆਊਗਾ ਤੁਹਾਡਾ ਸਾਰਾ ਬਾਇਓ ਡਾਟਾ ਸਾਨੂੰ ਲੈ ਕੇ ਤੁਹਾਨੂੰ ਪ੍ਰਿੰਟਿੰਗ ਉਹਦੀ ਉੱਥੇ ਜਿਹੜੀ ਹੈ ਕੱਢ ਕੇ ਦੇ ਕੇ ਜਾਊਗਾ ਘਰੇ ਲੋਕਾਂ ਦੇ ਦਰਵਾਜ਼ੇ ਪੁੱਜੀ ਸਕੀਮ ਲੋਕਾਂ ਨੂੰ ਸਰਕਾਰ ਦੇ ਦਿਲ ਤੱਕ ਪਹੁੰਚਾ ਰਹੀ ਹੈ ਤੇ ਲੋਕ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ ਪੰਜਾਬ ਸਰਕਾਰ ਦਾ ਇੱਕੋ ਵਾਦਾ ਗੱਲਾਂ ਘੱਟ ਤੇ ਸੇਵਾਵਾਂ ਜ਼ਿਆਦਾ